ਪੰਜਾਬ ਤੋਂ ਗੁਆਂਢੀ ਸੂਬਿਆਂ ਹਿਮਾਚਲ ਅਤੇ ਜੰਮੂ ਕਸ਼ਮੀਰ ਨਾਲ ਵਪਾਰ ਜ਼ਰੀਏ ਆਪਣਾ ਰੁਜ਼ਗਾਰ ਚਲਾ ਰਹੇ ਵਪਾਰੀ ਪਿਛਲੇ 2 ਮਹੀਨਿਆਂ ਤੋਂ ਜਾਰੀ ਬੰਦਿਸ਼ਾਂ ਦਰਮਿਆਨ ਖਾਸੇ ਪਰੇਸ਼ਾਨ ਹਨ। ਬੇਸ਼ੱਕ ਪੰਜਾਬ ਵਿੱਚ ਹੁਣ ਕਰਫਿਊ ਹਟ ਚੁੱਕਾ ਹੈ, ਪਰ ਗੁਆਂਢੀ ਸੂਬਿਆਂ ਵਿੱਚ ਆਉਣ ਜਾਣ ਨੂੰ ਲੈ ਕੇ ਹਾਲੇ ਵੀ ਬੰਦਿਸ਼ਾਂ ਉਸੇ ਤਰ੍ਹਾਂ ਹੀ ਬਰਕਰਾਰ ਹਨ। ਖਾਸ ਕਰ ਪਠਾਨਕੋਟ ਤੋਂ ਗੁਆਂਢੀ ਸੂਬਿਆਂ ਹਿਮਾਚਲ ਅਤੇ ਜੰਮੂ ਕਸ਼ਮੀਰ ਨਾਲ ਵਪਾਰ ਕਰਦੇ ਵਪਾਰੀ ਇਸ ਸਭ ਤੋਂ ਵੱਧ ਅਸਰ ਅੰਦਾਜ਼ ਹੋਏ ਹਨ। ਪਠਾਨਕੋਟ ਜੋ ਕਿ ਇੱਕ ਅਜਿਹਾ ਜ਼ਿਲ੍ਹਾ ਹੈ ਜਿਸ ਦੀ ਇੱਕ ਪਾਸੇ ਜੰਮੂ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਸੂਬੇ ਲੱਗਦੇ ਹਨ, ਜਿਸ ਦੇ ਚੱਲਦਿਆਂ ਜ਼ਿਆਦਾਤਰ ਪਠਾਨਕੋਟ ਵਿੱਚ ਲੋਕਾਂ ਦਾ ਵਪਾਰ ਹਿਮਾਚਲ ਅਤੇ ਜੰਮੂ ਹੁੰਦਾ ਹੈ, ਜਿਨ੍ਹਾਂ ਜ਼ਿਆਦਾਤਰ ਵਪਾਰੀਆਂ ਨੇ ਆਪਣੇ ਗੋਦਾਮ ਅਤੇ ਦੁਕਾਨਾਂ ਹਿਮਾਚਲ ਵਿੱਚ ਖੋਲੀਆਂ ਹਨ। ਲਾਕਡਾਊਨ ਦੇ ਚੱਲਦਿਆਂ ਉਹ ਪਿਛਲੇ ਕਈ ਦਿਨਾਂ ਤੋਂ ਆਪਣੇ ਕੰਮ ਤੇ ਨਹੀਂ ਗਏ। ਇਹ ਵਪਾਰ ਪੰਜਾਬ ਹਿਮਾਚਲ 'ਚ ਹੀ ਨਹੀਂ ਕਰ ਰਹੇ, ਬਲਕਿ ਉਹਨਾਂ ਨੇ ਕਿਹਾ ਕਿ ਅੱਜ ਹਿਮਾਚਲ ਤੋਂ ਜੋ ਛੂਟ ਮਿਲੀ ਹੈ ਉਹ ਸਿਰਫ ਹਿਮਾਚਲ ਵਿੱਚ ਦਾਖਲ ਹੋਣ ਦੀ ਹੈ, ਇਸ ਤੋਂ ਬਾਅਦ ਅਸੀਂ ਪਠਾਨਕੋਟ ਨਹੀਂ ਆ ਸਕਦੇ, ਜਿਸ ਕਾਰਨ ਉਹਨਾਂ ਨੇ ਸਰਕਾਰ ਤੋਂ ਗੁਹਾਰ ਲਾਈ ਹੈ ਕਿ ਸਾਨੂੰ ਆਉਣ ਜਾਣ ਅਤੇ ਵਪਾਰ ਕਰਨ ਦੀ ਆਗਿਆ ਹਿਮਾਚਲ ਅਤੇ ਪੰਜਾਬ ਸਰਕਾਰ ਵੱਲੋਂ ਮਿਲਣੀ ਚਾਹੀਦੀ ਹੈ। ਆਹ ਜਿਹੜਾ ਵਪਾਰ ਆ ਉਹ ਇਹ ਜਿਹੜਾ ਬਾਰਡਰ ਏਰੀਏ ਦੇ ਵਿੱਚ ਪਠਾਨਕੋਟ J&K ਔਰ ਹਿਮਾਚਲ ਦੇ ਨਾਲ ਲੱਗਦਾ, ਇੱਧਰੋਂ ਜਸੂਰ ਸਾਈਡ ਆ, ਇੱਧਰੋਂ J&K ਕਠੂਆ ਸਾਈਡ ਆ, ਕਿਉਂਕਿ ਇਹ ਵਪਾਰ ਤਾਂ ਹੀ ਚੱਲਣਾ ਜੇ ਅਗਰ ਇਹਨਾਂ ਦੇ ਇੰਟਰਲੋਕ ਜਿਹੜੇ ਖੁੱਲ੍ਹਦੇ ਆ ਦੇ, ਕਿਉਂਕਿ ਅੱਜ ਦੇਖੋ ਇਹੀ ਸੋਚੀਏ ਵੀ ਜੇ ਅਸੀਂ ਵਪਾਰ ਕਰਨ ਦੇ ਤੁਰੀਏ ਤਾਂ ਵਪਾਰ ਉੱਨੀ ਦੇਰ ਨਹੀਂ ਚੱਲ ਸਕਦਾ ਜਦ ਤੱਕ ਜਿਹੜਾ ਹਿਮਾਚਲ ਔਰ J&K ਸਾਡੇ ਨਾਲ ਜੁੜਦਾ ਨਹੀਂ ਆ। ਅਤੇ ਹੁਣ ਅੱਜ ਕਈ ਲੋਕ ਜਿਹੜੇ ਸਾਡੇ ਪਠਾਨਕੋਟ ਦੇ ਜਿਹੜੇ ਵਪਾਰੀ ਲੋਕ ਨੇ ਜਿਹੜੇ ਜਸੂਰ, ਰਹਿਣ, ਢਮੇਟਾ, ਭੜਵਾਰ ਵਗੈਰਾ ਜਾਂਦੇ ਨੇ, ਉਹਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਜਾ ਰਿਹਾ। 2 ਮਹੀਨੇ ਤੋਂ ਵਿਚਾਰੇ ਲੋਕ ਇੱਥੇ ਪਰੇਸ਼ਾਨ ਨੇ। ਅੱਜ ਉਹਨਾਂ ਦੇ ਸਿੰਗਲ ਟ੍ਰਿਪ ਬਣਾਤੇ ਨੇ ਵੀ ਤੁਸੀਂ ਸਿੰਗਲ ਜਾਓ ਅਤੇ ਉੱਥੇ ਰਹੋ, ਲੇਕਿਨ ਉਹ 35 ਸਾਲ ਤੋਂ ਜਿਹੜਾ ਉੱਥੇ ਜਾ ਰਹੇ ਨੇ ਜਸੂਰ ਅਤੇ ਜਸੂਰ ਤੋਂ ਵਾਪਸ ਆ ਰਹੇ ਨੇ। ਮੇਰੀ ਇਹ ਰਿਕੁਐਸਟ ਹੈ ਕਿ ਅੱਜ ਜੋ ਇਹਨਾਂ ਨੇ ਲੋਕਾਂ ਨੇ ਹੁਣ ਤੁਹਾਨੂੰ FCI ਵੀ ਜਾ ਰਹੀ ਹੈ, ਸਭ ਇੰਨੀਆਂ ਗੱਡੀਆਂ ਜਾ ਰਹੀਆਂ, ਇੰਨੀ ਟਰਾਂਸਪੋਰਟ ਜਾ ਰਹੀ ਹੈ ਜਸੂਰ ਸਾਈਡ ਔਰ J&K ਸਾਈਡ, ਅਤੇ ਇਹ ਜਿਹੜੇ ਲੋਕਲ ਜਿਹੜੇ ਪਠਾਨਕੋਟ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਪਾਸ ਬਣਾ ਕੇ ਆਉਣ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਵਪਾਰ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਹੈ, ਤਾਂ ਕਿ ਜਿਹੜਾ ਪਠਾਨਕੋਟ ਦਾ ਵਪਾਰ ਪ੍ਰਫੁੱਲਤ ਹੋਵੇ। ਇਹਨਾਂ ਵਪਾਰੀਆਂ ਦੀ ਮੰਗ ਹੈ ਕਿ ਸਰਕਾਰ ਉਹਨਾਂ ਬਾਰੇ ਵੀ ਕੁਝ ਸੋਚੇ। ਲੰਬੇ ਸਮੇਂ ਤੋਂ ਵਪਾਰ ਬੰਦ ਹੈ, ਹੁਣ ਕੁਝ ਰਾਹਤ ਮਿਲਣ ਲੱਗੀ ਹੈ, ਤਾਂ ਇਹਨਾਂ ਵਪਾਰੀਆਂ ਨੂੰ ਲੈ ਕੇ ਵੀ ਗਾਈਡਲਾਈਨ ਵਿੱਚ ਕੁਝ ਢਿੱਲ ਦਿੱਤੀ ਜਾਵੇ, ਤਾਂ ਜੋ ਦੂਜੇ ਸੂਬਿਆਂ ਨਾਲ ਵਪਾਰ ਕਰਦੇ ਹਨ, ਕਿਉਂਕਿ ਇਸ ਵੇਲੇ ਦੂਜੇ ਸੂਬਿਆਂ 'ਚ ਐਂਟਰੀ ਅਤੇ ਮਨਾਹੀ ਦੇ ਚੱਲਦਿਆਂ ਉਹਨਾਂ ਦਾ ਵਪਾਰ ਖਾਸਾ ਪ੍ਰਭਾਵਿਤ ਹੋ ਰਿਹਾ ਹੈ, ਸੋ ਉਹਨਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ। ਮੁਕੇਸ਼ ਸੈਣੀ, ਸਿੱਖ ਨਿਊਜ਼ ਐਕਸਪ੍ਰੈਸ, ਪਠਾਨਕੋਟ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।